ਹੋਰ ਸਰ ਤੁਸੀਂ ਕੀ ਤੁਹਾਡੀ ਜਿਹੜਾ ਗਤੀਵਿਧੀ ਹੈ ਮਹਿਕਮੇ ਦੀਆਂ ਔਰ ਕੀ ਜਿਹੜਾ ਕੰਮ ਔਰ ਕੀ ਮੈਸੇਜ ਦੇਣਾ ਚਾਹੁੰਦੇ ਸਰ ਕਪੂਰਥਲਾ ਵਾਸੀਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਵੀ ਬਹੁਤ ਹੀ ਪੋਜ਼ਿਟਿਵ ਸੋਚ ਦੇ ਨਾਲ ਸਾਰੀ ਪ੍ਰੈਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਤੇ ਸਿਹਤ ਵਿਭਾਗ ਨੂੰ ਇਸ ਕੋਰੋਨਾ ਕਾਲ ਦੇ ਵਿੱਚ ਸਹਿਯੋਗ ਦੇ ਰਹੀ ਹੈ, ਉਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕਸ। ਮੈਂ ਪੂਰੇ ਜ਼ਿਲ੍ਹੇ ਦੇ ਜਿੰਨੇ ਵੀ ਵਸਨੀਕ ਹੈ ਆਪਣੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ, ਸਿਹਤ ਵਿਭਾਗ ਵੱਲੋਂ ਤੇ ਸਭ ਤੋਂ ਜ਼ਿਆਦਾ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਭਰੋਸਾ ਦਿਵਾਉਂਦਾ ਵੀ ਜਿੱਥੇ ਤੱਕ ਸਾਡੀ ਕੋਸ਼ਿਸ਼ ਹੋਏਗੀ ਵੀ ਅਸੀਂ 100% ਲੋਕਾਂ ਦੀ ਸੇਵਾ ਕਰੀਏ। ਔਰ ਇਸ ਕੋਰੋਨਾ ਦੇ ਦੌਰਾਨ ਜੋ ਵੀ ਛੋਟੀਆਂ ਮੋਟੀਆਂ ਮੁਸ਼ਕਲਾਂ ਸਾਨੂੰ ਆ ਰਹੀਆਂ ਉਹਨਾਂ ਨੂੰ ਰਲ ਮਿਲ ਕੇ ਸਾਹਮਣਾ ਕਰੀਏ ਔਰ ਉਹਨਾਂ ਨੂੰ ਅਸੀਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰੀਏ। ਮੈਂ ਡਰਦੇ ਮਾਰੇ ਟੈਸਟ ਨਹੀਂ ਕਰਾ ਰਹੇ, ਉਹਨਾਂ ਦੇ ਮਨ ਵਿੱਚ ਉਸ ਸੰਬੰਧ ਵਿੱਚ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਇਹਦੇ 'ਚ ਡਰਨ ਵਾਲੀ ਕੋਈ ਗੱਲ ਨਹੀਂ ਜੀ। ਜੇ ਤੁਹਾਡਾ ਟੈਸਟ ਪੋਜ਼ਿਟਿਵ ਵੀ ਆ ਜਾਂਦਾ ਤੇ ਅੱਜ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਤੁਹਾਡੇ ਘਰ ਦੇ ਬਾਹਰ ਕੋਈ ਸਟਿੱਕਰ ਲੱਗੂਗਾ ਜਾਂ ਤੁਹਾਨੂੰ ਕੋਈ ਹੈਲਥ ਡਿਪਾਰਟਮੈਂਟ ਦਾ ਕੋਈ ਪਰੇਸ਼ਾਨੀ ਹੋਊਗੀ, ਤੁਹਾਨੂੰ ਹੋਮ ਆਈਸੋਲੇਸ਼ਨ ਦੀ ਸੁਵਿਧਾ ਹੈਗੀ ਆ। ਔਰ ਪੰਜਾਬ ਸਰਕਾਰ ਔਰ ਸਾਡੇ ਚੀਫ ਮਿਨਿਸਟਰ ਸਾਹਿਬ ਦੀ ਜਿਹੜੀ ਸੋਚ ਹੈ ਔਰ ਸਾਡੇ ਹੈਲਥ ਮਿਨਿਸਟਰ ਸਾਹਿਬ ਦੀ ਸੋਚ ਦੇ ਨਾਲ ਸਾਡੀਆਂ ਜਿਹੜੀਆਂ ਹਰ ਜਿਹੜਾ ਪੋਜ਼ਿਟਿਵ ਹੋਮ ਆਈਸੋਲੇਟਡ ਪੇਸ਼ੈਂਟ ਹੈ ਉਹਨੂੰ ਮਿਸ਼ਨ ਫਤਿਹ ਦੇ ਅਧੀਨ ਅਸੀਂ ਇੱਕ ਪੂਰੀ ਦਵਾਈਆਂ ਦੀ ਕਿੱਟ ਦਿੰਦੇ ਹਾਂ, ਉਹਦੇ ਵਿੱਚ ਸਾਰਾ ਕੁਝ ਹੁੰਦਾ ਹੈ ਜਿਹਦੇ ਨਾਲ ਉਹ ਘਰ ਬੈਠਾ ਵਿਅਕਤੀ ਆਪਣਾ ਇਲਾਜ ਕਰ ਸਕਦਾ ਹੈ। ਔਰ ਜੇ ਉਹ ਹੋਮ ਆਈਸੋਲੇਸ਼ਨ ਦੇ ਵਿੱਚ ਜਾਂਦਾ ਵੀ ਹੈ ਮਰੀਜ਼ ਤਾਂ ਸਾਡੇ ਸਿਹਤ ਵਿਭਾਗ ਦੇ ਕਰਮਚਾਰੀ 3 ਦਿਨਾਂ ਦੇ ਵਿੱਚ ਉਹਦੇ ਕੋਲ ਜ਼ਰੂਰ ਵਿਜ਼ਿਟ ਕਰਦੇ ਔਰ ਫੋਨ ਤੇ ਵੀ ਉਹਦਾ ਰਾਬਤਾ ਰਹਿੰਦਾ ਹੈਗਾ, ਜਿਹਦੇ ਨਾਲ ਡਰਨ ਵਾਲੀ ਕੋਈ ਗੱਲ ਨਹੀਂ ਆ। ਮੈਂ ਇਹ ਸਾਰੀ ਲੋਕਾਂ ਨੂੰ ਅਪੀਲ ਕਰਦਾ, ਆਓ ਆਪਣੇ ਟੈਸਟ ਕਰਵਾਓ, ਜਿੰਨੀ ਜਲਦੀ ਤੁਹਾਡਾ ਜੇ ਤੁਸੀਂ ਪੋਜ਼ਿਟਿਵ ਹੋ ਪਤਾ ਲੱਗੂਗਾ ਤਾਂ ਤੁਸੀਂ ਆਪਣੀ ਫੈਮਿਲੀ ਨੂੰ ਤੇ ਆਪਣੇ ਆਉਣ ਲਾਗੇ ਚਾਗੇ ਜਿਹੜਾ ਇਨਵਾਇਰਮੈਂਟ ਹੈਗਾ ਜਾਂ ਜਿੰਨੀ ਵੀ ਤੁਹਾਡੀ ਸੁਸਾਇਟੀ ਹੈਗੀ ਆ ਆਪਾਂ ਉਹਨਾਂ ਨੂੰ ਸੇਵ ਕਰ ਸਕਦੇ ਹਾਂ ਆਪ ਆਈਸੋਲੇਟ ਹੋ ਕੇ। ਠੀਕ ਹੈ।